14 ਅਗਸਤ ਸਾਡੀ ਆ ਗਈ ਔਰ ਯੋਮੇ ਆਜ਼ਾਦੀ ਆਈ ਹੈ ਹਰ ਸਾਲ ਆਉਂਦੀ ਹੈ ਲੇਕਿਨ ਮੇਰਾ ਖਿਆਲ ਹੈ ਕਿ ਸਾਨੂੰ ਇਸ ਤੋਂ ਖੁਸ਼ੀ ਤਾਂ ਜ਼ਰੂਰ ਮਨਾਉਣੀ ਚਾਹੀਦੀ ਹੈ ਔਰ ਸ਼ੁਕਰ ਖੁਦਾ ਅਦਾ ਕਰਨਾ ਚਾਹੀਦਾ ਕਿ ਅਸੀਂ ਇੱਕ ਆਜ਼ਾਦ ਕੌਮ ਹਾਂ ਲੇਕਿਨ ਇਸ ਆਜ਼ਾਦੀ ਦੀ ਸਹੀ ਇੱਜ਼ਤ ਵਾਸਤੇ ਸਾਨੂੰ ਕੁਛ ਕੰਮ ਵੀ ਕਰਨਾ ਚਾਹੀਦਾ ਇਸ ਨੂੰ ਮਜ਼ਬੂਤ ਬਣਾਉਣ ਵਾਸਤੇ ਕੁਛ ਅਹਿਦ ਕਰਨੇ ਚਾਹੀਦੇ ਨੇ ਔਰ ਜਿਸ ਪਲੈਟਫਾਰਮ ਤੋਂ ਮੈਂ ਇਸ ਵੇਲੇ ਗੱਲ ਕਰ ਰਿਹਾ ਪਿਲਾਕ ਦੇ ਸਭ ਤੋਂ ਅੱਛਾ ਤਰੀਕਾ ਇਸ ਦਾ ਇਹ ਵੇ ਕਿ ਅਸੀਂ ਆਪਣੇ ਆਰਟ ਕਲਚਰ ਨੂੰ ਪਾਕਿਸਤਾਨ ਦੇ ਨੂੰ ਇਤਨਾ ਮਜ਼ਬੂਤ ਬਣਾਈਏ ਇਤਨਾ ਮੁਤਹਰਕ ਬਣਾਈਏ ਕਿ ਪਾਕਿਸਤਾਨ ਦੀ ਪਹਿਚਾਣ ਬਣੇ ਔਰ ਇਹ ਆਜ਼ਾਦੀ ਕਿਹੜੇ ਆਈਡੀਅਲਸ ਨਾਲ ਲਿੱਤੀ ਗਈ ਸੀ ਉਸ ਦੀ ਅਕਾਸੀ ਹੋਵੇ ਔਰ ਚਾਰੋਂ ਸੂਬੇ ਔਰ ਹਰ ਤਬਕਾ ਉਸ ਦੀ ਰਿਫਲੈਕਸ਼ਨ ਹੋਵੇ ਔਰ ਤਾਂ ਕਿ ਪਾਕਿਸਤਾਨ ਦੀ ਸਪੋਰਟਸ ਆਰਟ ਕਲਚਰ 'ਚ ਇੱਕ ਅਸੀਂ ਹੋਰ ਲੈਵਲ 'ਤੇ ਜਾਈਏ।